ਛੱਪਣ ਵਾਸਤੇ ਉਹਦੀ ਮਜਬੂਰੀ ਹੈ ਤੇ ਜਿਹਨੇ ਕਾਰ ਕੁਰਾਨ ਰੱਖੇ ਪੜ੍ਹਨ ਵਾਸਤੇ ਉਹਦਾ ਹੱਥ ਚੁੱਕ ਕੇ ਸੁਭਾਨ ਅੱਲਾਹ ਕਹਿਣਾ ਬਹੁਤ ਜ਼ਰੂਰੀ ਹੈ। ਗੁਲਾਮ ਮੁਸਤਫਾ ਭਾਈ ਨੂੰ ਜਲਦੀ ਸੀ, ਮੈਂ ਮਾਈਕ ਉਹਨਾਂ ਨੂੰ ਦਿੱਤਾ। ਕਾਰੀ ਯਾਸੀ ਨੇ ਵੀ ਸਾਨੂੰ ਬਿਲਾ ਤਮੀਜ਼ ਆਵਾਜ਼ ਦੇ ਦਿੱਤੀ। ਸ਼ਹਿਬਾਜ਼ ਭਾਈ ਬੈਠੇ ਨੇ, ਮੈਂ ਆਪਣੀ ਹਾਜ਼ਰੀ ਦੇ ਦੋ ਚਾਰ ਜੁਮਲੇ ਦੇਵਾਂ। ਮੌਲਾ ਅਲੀ ਦਾ ਜ਼ਿਕਰ ਕਰ ਗਏ ਗੁਲਾਮ ਮੁਸਤਫਾ ਕਾਦਰੀ ਸਾਹਿਬ, ਉਹ ਬਾਪ ਦੀ ਸ਼ਾਨ ਸੁਣਾ ਗਏ, ਮੈਂ ਮਾਂ ਦੀ ਗੱਲ ਕਰ ਦੇਵਾਂ ਆਪਣੀ ਨਹੀਂ ਉਸ ਮਾਂ ਦੀ ਗੱਲ ਜਿਸ ਮਾਂ ਦੀ ਗੋਦ ਵਿੱਚੋਂ ਇਮਾਮੇ ਹਸਨ ਵੀ ਆਏ ਨੇ ਤੇ ਇਮਾਮੇ ਹੁਸੈਨ। ਜਿਹੜਾ ਬੰਦਾ ਆਪਣੀ ਮਾਂ ਨਾਲ ਪਿਆਰ ਕਰਦਾ ਨਾ, ਜਿਹੜਾ ਪੂਰੀ ਮਹਿਫਲ ਚ ਨਹੀਂ ਬੋਲਿਆ ਉਹ ਹੱਥ ਚੁੱਕ ਕੇ ਬੋਲੇ, ਮੈਨੂੰ ਪਤਾ ਲੱਗ ਜੇ ਕਿਹੜਾ ਕਿਹੜਾ ਮਹਿਫਲ ਚ ਸ਼ਹਿਬਾਜ਼ ਭਾਈ ਨੂੰ ਜਿੰਨੇ ਰੰਗ ਲੱਗੇ ਨੇ ਇਸੇ ਗੱਦਾਰ ਤੋਂ ਲੱਗੇ ਨੇ, ਤੇ ਜੇ ਚਾਹੁੰਦੇ ਹੋ ਰੰਗ ਲੱਗ ਜਾਏ ਇਸ ਦਰ ਦਾ ਨੌਕਰ ਬਣ ਕੇ ਬੋਲ ਸੁਭਾਨ ਅੱਲਾਹ, ਜੇ ਰੰਗ ਨਾ ਲੱਗੇ ਤੇ ਗੱਲ ਕਰੀ ਜੀ। ਬਿਸਮਿਲ੍ਲਾ ਬਿਨ ਮੰਗਿਆ ਕੋ ਇਹ ਅਦਨਾਰ ਮੈਂ ਟਾਈਮ ਨਹੀਂ ਬਿਸਮਿਲ੍ਲਾ ਸੇ ਅਦਾ ਇੱਕ ਛੇ ਉਸ ਤੋਂ ਬਾਅਦ ਗੱਲ ਹੋ ਰਹੀ ਹੈ। ਉਸੇ ਮਾਲੂਮ ਥਾ ਇਸੇ ਹਰ ਕੋਈ ਚੁੰਮੇਗਾ। ਕਾਰੀ ਸਾਹਿਬ ਨੇ ਕੁਰਾਨ ਪੜ੍ਹਾ, ਅਸੀਂ ਮਸਜਿਦ ਮਦਰਸੇ ਜਾਈਏ ਕੁਰਾਨ ਪੜ੍ਹਦੇ ਆ, ਪਹਿਲੇ ਚੁੰਮਦੇ ਆ ਫਿਰ ਪੜ੍ਹਦੇ ਆ। ਉਸੇ ਮਾਲੂਮ ਥਾ ਕਿਸੇ ਹਰ ਕੋਈ ਚੁੰਮੇਗਾ, ਉਸੇ ਮਾਲੂਮ ਥਾ। ਮੈਂ ਵੇਖਣਾ ਬੰਦੇ ਮਹਿਫਲ ਚ ਜਿੰਦਾ ਕਿਹੜੇ ਬੈਠੇ ਨੇ ਤੇ ਡੂੰਘੇ ਕਿੱਡੇ ਬੈਠੇ ਨੇ, ਹੁਣ ਇਸੇ ਜੁਮਲੇ ਤੇ ਪਤਾ ਲੱਗ ਜਾਏਗਾ। ਉਸੇ ਮਾਲੂਮ ਥਾ ਇਸੇ ਹਰ ਕੋਈ ਚੁੰਮੇਗਾ, ਇਸ ਲਈ ਖੁਦਾ ਨੇ ਕੁਰਾਨ ਮੇ ਨਾਮੇ ਜ਼ਹਰਾ ਨਹੀਂ ਰੱਖਾ। ਪਤਾ ਨਹੀਂ ਤੁਸੀਂ ਬੋਲਣਾ ਕਦੋਂ, ਮਹਿਫਲ ਮੁੱਕਣ ਤੋਂ ਬਾਅਦ ਬੋਲੋਗੇ। ਮੌਲਾ ਅਲੀ ਹਜ਼ਰਤ ਉਸਮਾਨ ਗਨੀ ਹਜ਼ੂਰ ਨੂੰ ਦਾਵਤ ਦਿੱਤੀ, ਆਕਾ ਮੇਰੇ ਘਰ ਆਓ, ਮੈਂ ਤੁਹਾਡੇ ਰੋਟੀ ਤੁਹਾਡੀ ਦਾਵਤ ਦਾਵਤ ਕਰਨੀ ਹੈ। ਚਿਹਰਾ ਮੇਰੇ ਵੱਲ ਪੂਰਾ ਮਜਮਾ ਜ਼ਿੰਮੇਦਾਰੀ ਨਾਲ ਗੱਲ ਕਰਨ ਲੱਗਾ। ਹਜ਼ੂਰ ਕਦਮ ਉਠਾਏ, ਹਜ਼ਰਤ ਉਸਮਾਨ ਗਨੀ ਗਿਣਨ ਲੱਗ ਪਏ। ਮੇਰੇ ਹਜ਼ੂਰ ਫਰਮਾਣ ਲੱਗੇ ਉਸਮਾਨ ਕਿਆ ਕਰਨੇ ਲੱਗੇ ਹੋ, ਹਜ਼ੂਰ ਆਪਕੇ ਕਦਮ ਗਿਣਨੇ ਲਗਾ ਹੋ, ਪਤਾ ਥਾ ਪੁੱਛਣੇ ਕਾ ਮਕਸਦ ਹੈ। ਉਸਮਾਨ ਕਿਆ ਕਰੋਗੇ, ਆਕਾ ਜਿਤਨੇ ਕਦਮ ਆਪਨੇ ਆਪਣੇ ਹੁਜਰਾ ਸੇ ਲੇਕਰ ਮੇਰੇ ਘਰ ਤੱਕ ਉਠਾਨੇ ਹੈ, ਮੈਨੇ ਉਤਨੇ ਗੁਲਾਮ ਆਜ਼ਾਦ ਕਰਵਾ ਰਹੇ ਹੈ। ਆਪਣੇ ਸਰਬ ਦੇ ਮੁਤਾਬਿਕ ਜੁਮਲੇ ਤੇ ਸੁਭਾਨ ਅੱਲਾਹ ਦੇਣਾ। ਮੌਲਾ ਅਲੀ ਵੀ ਨਾਲ ਨੇ ਘਰ ਆ ਗਏ, ਬੈਠ ਗਏ। ਆਜ਼ਾਦ ਕਰਵਾਏ, ਮੇਰਾ ਦਿਲ ਵੀ ਕਰਦਾ ਮੈਂ ਹਜ਼ੂਰ ਨੂੰ ਆਪਣੇ ਘਰ ਦਾਵਤ ਦੇਵਾਂ ਤੇ ਗੁਲਾਮ ਆਜ਼ਾਦ ਕਰਵਾਵਾਂ। ਪੂਰੇ ਮਜਮੇ ਚ ਪਿੰਡ ਚ ਫਿਰ ਪਤਾ ਨਹੀਂ ਮੈਂ ਆਵਾਂ ਜਾਂ ਨਾ ਆਵਾਂ, ਮੈਂ ਇੱਕ ਜੁਮਲਾ ਦੇ ਚੱਲਾ ਜੇ ਮੇਰੀ ਮੰਜ਼ਲ ਪੂਰੀ ਹੋ ਜਾਣੀ ਹੈ। ਥੋੜੀ ਆਵਾਜ਼ ਉੱਚੀ ਕਰੋ, ਮੈਨੂੰ ਪਤਾ ਲੱਗੇ ਕਿਹੜਾ ਕਿਹੜਾ ਸੱਚੀ ਮਾਂ ਦਾ ਪੁੱਤਰ ਬੋਲਦਾ। ਹਜ਼ੂਰ ਨੂੰ ਬੁਲਾਉਣਾ ਤੁਹਾਡਾ ਕੰਮ ਹੈ, ਗੁਲਾਮ ਆਜ਼ਾਦ ਕਰਵਾਉਣਾ ਹਜ਼ਰਤ ਮੈਂ ਫਾਤਿਮਾ ਦਾ ਕੰਮ ਹੈ। ਮੌਲਾ ਅਲੀ ਗੱਲ ਲੰਮੀ ਮੁਖਤਸਰ, ਮੌਲਾ ਅਲੀ ਗਏ ਹਜ਼ੂਰ ਨੂੰ ਦਾਵਤ ਦਿੱਤੀ, ਹਜ਼ੂਰ ਚੱਲ ਪਏ। ਮੌਲਾ ਅਲੀ ਵੀ ਗਿਣਨ ਦਾ ਅੱਲਾ ਕਰੇ, ਪਤਾ ਨਹੀਂ ਤੁਸੀਂ ਗੋਡੇ ਮੱਲੀ ਬੈਠਣਾ, ਮੈਂ ਜੁਮਲਾ ਤੁਹਾਨੂੰ ਦੇ ਕੇ ਜਾਣਾ ਹੈ। ਅਲੀ ਕਿਆ ਕਰ ਰਹੇ ਹੋ, ਆਕਾ ਆਪਕੇ ਕਦਮ ਗਿਨ ਰਹਾ ਹੂੰ, ਜਿਤਨੇ ਕਦਮ ਆਪਨੇ ਮੇਰੇ ਘਰ ਤੱਕ ਉਠਾਨੇ ਹੈ, ਆਪਣੀ
शहजादी के घर तक उठाने हैं, मैंने भी उतने गुलाम आजाद करवाने हैं। हुजूर तवज्जो फरमाया, घर गए अपनी शहजादी के घर तनावर किया खाना। अब गुलाम और कैदी आजाद करवाने की बारी आई। अम्मा फातिमतुल्लाह सलामुल्लाहा जाए नमाज उठाती है, दो रकअत नफल अदा करती है, सलाम फेरा तो आखिर ये हाथ उठाए, मौला मैं तेरे नबी की शहजादी हूँ, तेरी बारगाह में इंतजार करती हूँ। जितने कदम मेरे बाबा ने अपने हुजरा से लेकर मेरे घर तक उठाए हैं, उतने जहन्नम जहन्नम से निकाल के जन्नत में दाखिल कर दे। मजबूरी ना हाथ ना चुको, जरा नौकर है मां फातिमा के दर का हाथ चुके दसे सूबी वाले भी ना हाथ ना
हजार रुपया फीस देंगे हो कि 2000 की दवाई लेंगे पता नहीं आराम आवे ना आवे। शकील कादरी फ्री नुस्खा देने लगा सुबह अल्लाह की आवाज से आवे आराम लावे तो मैं जिम्मेदार भी हाँ। अब तू भी मांग ले तेरे हुसैन से शिफा। अब तू भी मांग ले तेरे हुसैन से शिफा। हिकमत मेरे हुसैन की वसी हो गरीब है मैं देख रहा करा बंदा जिंदा बोझ लुटा देगा। हिकमत मेरे हुसैन की वसी हो गरीब है इतना बड़ा तबीब है जहरा का लागला खुदरस मेरे हुसैन का पहला मरीज है। पाक हुसैन ने इतना बड़ा तबीब है जहरा का लाडला कुदरस मेरे हुसैन का पहला मरीज है। नीचे पे है और बोल रहा है।